ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਏਕੇ ਨਿਊਜ਼ ਤੇ ਨਵੀਆਂ ਅਤੇ ਤਾਜ਼ਾ ਖਬਰਾਂ ਨੂੰ ਜਾਣਨ ਲਈ ਸਾਡੇ ਚੈਨਲ ਨੂੰ ਬੈਲ ਆਈਕਨ ਦਾ ਬਟਨ ਪ੍ਰੈਸ ਕਰਕੇ ਕਰ ਲੋ ਸਬਸਕ੍ਰਾਈਬ ਦੋਸਤੋ ਇੱਕ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਸਕੂਲਾਂ ਬਾਰੇ ਦੋਸਤੋ ਇੱਕ ਖਬਰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਕੋਰੋਨਾ ਦਿਨੋਦਨ ਵਾਧਾ ਜਾ ਰਿਹਾ ਹੈ ਅਤੇ ਇਸ ਦੀਆਂ ਖਬਰਾਂ ਆ ਰਹੀਆਂ ਨੇ ਤੇ ਕਈ ਦੇਸ਼ਾਂ ਵਿੱਚ ਇਸ ਦੇ ਵਧਨ ਨਾਲ ਜੋ ਕਿ ਫਲੈਟਾਂ ਵੀ ਬੰਦ ਕਰ ਦਿੱਤੀਆਂ ਨੇ ਅਤੇ ਨਾਲ ਦੀ ਨਾਲ ਉੱਥੋਂ ਦੇ ਸਕੂਲ ਕਾਲਜ ਵੀ ਬੰਦ ਕਰ ਦਿੱਤੇ ਗਏ ਨੇ ਅਤੇ ਹੁਣ ਗੱਲ ਕਰਦੇ ਆਪਾਂ ਪੰਜਾਬ ਦੀ ਤਾਂ ਇੱਥੇ ਇੱਕ ਜੋ ਕੇਸ ਆਇਆ ਹੈ ਜੋ ਕਿ ਸਕੂਲ ਕਸੂਆਣਾ ਦੇ 11 ਬੱਚੇ ਕੋਵਿਡ ਪੋਵਿਚੀ ਟਿਪ ਆਨ ਨਾਲ ਮਾਪਿਆਂ ਤੇ ਵਿਦਿਆਰਥੀਆਂ ਵਿੱਚ ਬਹਿਸਤ ਫੈਲ ਗਈ ਹੈ ਤਿੰਨ ਦਿਨ ਪਹਿਲਾਂ 9 ਵਿਦਿਆਰਥੀ ਅਤੇ ਇੱਕ ਅਧਿਆਪਕ ਕੋਵਿਡ ਪੋਜ਼ਿਟਿਵ ਆਏ ਸਨ ਕੋਵਿਡ ਪੋਜ਼ਿਟਿਵ ਆਏ ਅਧਿਆਪਕਾਂ ਦੇ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ ਵਿਭਾਗ ਵੱਲੋਂ ਸਕੂਲ ਬੰਦ ਕਰ ਦਿੱਤਾ ਗਿਆ ਹੈ ਸਕੂਲ 'ਚ 400 ਬੱਚੇ ਪੜ੍ਹਦੇ ਹਨ ਜਿਨ੍ਹਾਂ ਵਿੱਚੋਂ 250 ਦੇ ਟੈਸਟ ਹੋ ਚੁੱਕੇ ਹਨ ਪ੍ਰਿੰਸੀਪਲ ਨੀਲਮ ਸ਼ਰਮਾ ਨੇ ਦੱਸਿਆ ਕਿ ਸਕੂਲ 'ਚ ਕੁੱਲ 400 ਵਿਦਿਆਰਥੀ ਅਤੇ 22 ਸਟਾਫ ਮੈਂਬਰ ਹਨ ਰਾਹਤ ਦੀ ਖਬਰ ਇਹ ਹੈ ਕਿ ਨਵੇਂ ਵੈਰੀਐਂਟ ਓਮੀਕਰੋਨ ਦੀ ਪੋਜ਼ਿਟਿਵ ਨਹੀਂ ਹੋਈ ਹੈ ਅਤੇ ਦੋਸਤੋ ਜੇਕਰ ਇਹ ਬੱਚੇ ਇਹ ਜੇ ਸੇਟਰ ਪੋਜ਼ਿਟਿਵ ਰਹਿੰਦੇ ਨੇ ਤਾਂ ਇਹਨਾਂ ਦੀਆਂ ਜੋ 11 ਬੱਚੇ ਦੀਆਂ ਪ੍ਰੀਖਿਆਵਾਂ ਉਹ ਰੱਦ ਹੋਣਗੀਆਂ ਅਤੇ ਇਹਨਾਂ ਦੇ ਜੋ ਪੇਪਰ ਹੋਣਗੇ ਉਹ ਦੋਸਤੋ ਇਹਨਾਂ ਦੇ ਠੀਕ ਹੋਣ ਤੋਂ ਬਾਅਦ ਹੀ ਇਹਨਾਂ ਤੋਂ ਲੈ ਜਾਣਗੇ ਦੋਸਤੋ ਨਵੀਆਂ ਅਤੇ ਤਾਜ਼ਾ ਖਬਰਾਂ ਨੂੰ ਜਾਣਨ ਲਈ ਪੰਜਾਬ 1K نیوز ਨੂੰ ਕਰਿਓ ਸਬਸਕ੍ਰਾਈਬ ਬਣੇ ਰਹੋ ਸਾਡੇ ਚੈਨਲ ਤੇ ਧੰਨਵਾਦ ਸਾਰੇ ਦੋਸਤਾਂ ਦਾ